ਧਿਆਨ ਕਿਸ ਪਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੇ ਬੰਧਨ ਤੋੜ ਬੁਲਾਵੇ ਰਾਮ ਮਨ ਮੈਂ ਲਾਗੈ ਸਾਚ ਧਿਆਨ ਮਿਟੈ ਕਲੇਸ਼ ਸੁਖੀ ਹੋਈ ਰਹੀ ਹੈ ਐਸਾ ਦਾਤਾ ਸਤਿਗੁਰ ਕਹੀਐ ਸੁਖਾਉ ਟਲ ਗੁਰ ਸੇਵੀਐ ਦਰਸ਼ਨ ਪਰਸਿਐ ਗੁਰੂ ਜਨਮ ਮਰਨ ਦੁਖ ਜਾਈ ਸਿਫਤਿ ਖਸਮਲੀ ਨੂਰ ਅਸੋ ਕੁਰਸੋ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲਾ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਘਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਪਹਿਲਾ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਘਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ ਬਾਬਾ ਪਹਿਦਾ ਸੱਚ ਖੰਡ ਨੌ ਨਿਤ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ ਬਾਜੋ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਧਰਤ ਲੁਕਾਈ ਚੜਿਆ ਸੋਧਨ ਧਰਤ ਲੁਕਾਈ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਈਮਾਨ ਸਤਿਗੁਰਾਂ ਦੀ ਸਾਜੀ ਬਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹਾਂ
ਜਿਨ੍ਹਾਂ ਨੂੰ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਹਨ। ਆਓ ਜਿਤਨਾ ਸਮਾਂ ਬਾਕੀ ਹੈ ਸੁਰਤ ਬਿਰਤ ਇਕਾਗਰ ਕਰਕੇ ਗੁਰੂ ਦਰਬਾਰ ਵਿੱਚ ਬੈਠੀਏ। ਇੱਕ ਇੱਕ ਵਚਨ ਗੁਰੂ ਪਾਤਸ਼ਾਹ ਜੀ ਦੇ ਦਰ ਘਰ ਦਾ ਧਿਆਨ ਲਾ ਕੇ ਸੁਣੀਏ ਅਤੇ ਫਿਰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਸੋ ਆਪਸ ਨੂੰ ਸੰਗਤਾਂ ਨੂੰ ਪਤਾ ਹੈ ਕਿ ਅੱਜ ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਬੰਦੀ ਛੋੜ ਦਿਵਸ ਹੈ। ਸੋ ਸਮੂਹ ਸੰਗਤਾਂ ਨੂੰ ਸਮੂਹ ਸਟਾਫ ਵੱਲੋਂ ਸਮੂਹ ਪ੍ਰਬੰਧਕਾਂ ਵੱਲੋਂ ਸਤਿਗੁਰਾਂ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਜੀ ਰਹਿਮਤ ਕਰਨ ਸਮੂਹ ਸੰਗਤਾਂ ਦੇ ਸਿਰ ਉੱਪਰ ਮੇਰਾ ਭਰਿਆ ਹੱਥ ਰੱਖਦੇ ਹੋਏ ਬਾਣੀ ਬਾਣੀ ਦਾ ਪਿਆਰ ਨਿਤਨੇਮ ਦੀ ਪ੍ਰਤੱਖਤਾ ਬਖਸ਼ਿਸ਼ ਕਰਨ। ਇਸ ਤੋਂ ਇਲਾਵਾ ਦੀਨ ਦੁਨੀਆਂ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਨ੍ਹਾਂ ਦੇ 550 ਸਾਲਾ ਅਰਧ ਸ਼ਤਾਬਦੀ ਗੁਰਪੁਰਬਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਦਿਨਾਂ ਤੋਂ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਸਤਿਗੁਰਾਂ ਦਾ ਜੀਵਨ ਦਰਸ਼ਨ ਆਪਾਂ ਕਰਦੇ ਆ ਰਹੇ ਹਾਂ। ਸੋ ਇਹ ਦੋਹਾਂ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਰਹਿੰਦੇ ਸਮੇਂ ਵਿੱਚ ਵਿਚਾਰ ਕਰਾਂਗੇ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਪਿਤਾ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ੀ ਗੁਰ ਫਤਿਹ ਪਰਵਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਤਿਗੁਰੂ ਹੈ ਇਹ ਬੰਧਨ ਕੱਟਦਾ। ਛੇਵੇਂ ਪਾਤਸ਼ਾਹ ਜੀ ਦੇ ਨਾਲ ਜਿਹੜਾ ਸ਼ਬਦ ਜੁੜਿਆ ਨਾ ਉਹ ਗਵਾਲੀਅਰ ਛੋੜ ਨਹੀਂ ਲਿਖਿਆ ਜਾਂ ਕਿਲਾ ਛੋੜ ਨਹੀਂ ਲਿਖਿਆ ਹੋਇਆ, ਉੱਥੇ ਲਿਖਿਆ ਹੋਇਆ ਬੰਦੀ ਛੋੜ। ਨਾ ਗਵਾਲੀਅਰ ਛੋੜ ਨਾ ਕਿਲਾ ਛੋੜ। ਕਾਰਨ ਕਿਉਂਕਿ ਬੰਧਨ ਇਕੱਲੇ ਕਿਲੇ ਦਾ ਨਹੀਂ ਹੈ ਜਾਂ ਕਿਲੇ ਦੀਆਂ ਕੰਧਾਂ ਦਾ ਨਹੀਂ ਹੈ। ਬੰਧਨ ਦੇ ਬਹੁਤ ਪ੍ਰਕਾਰ ਨੇ। ਵਿਸ਼ੇਵਕਾਰਾਂ ਦੇ ਬੰਧਨ ਨੇ, ਵਹਿਮਾਂ ਭਰਮਾਂ ਦੇ ਬੰਧਨ ਨੇ, ਅਗਿਆਨ ਦੇ ਬੰਧਨ ਹਨ, ਮਨ ਮਤ ਦਾ ਬੰਧਨ ਹੈ, ਇਹ ਸਭ ਤੋਂ ਵੱਡਾ ਬੰਧਨ ਹੈ ਆਵਾਗਮਨ ਦਾ। ਪਰ ਗੁਰੂ ਸਮਰੱਥ ਹੈ, ਗੁਰੂ ਹਰ ਤਰ੍ਹਾਂ ਦਾ ਬੰਧਨ ਕੱਟਦਾ, ਭਾਵੇਂ ਉਹ ਬੰਧਨ ਤੰਦਾ, ਭਾਵੇਂ ਬੰਧਨ ਮੰਨਦਾ ਅਤੇ ਭਾਵੇਂ ਬੰਧਨ ਆਤਮਾ ਹੁੰਦਾ ਕਿ ਜਿਹੜੀ ਆਤਮਾ ਇਹ ਵੱਖ ਵੱਖ ਦਿਨਾਂ ਵਿੱਚ ਸਫ਼ਰ ਕਰਦੀ ਹੈ, ਜਿਹਨੂੰ ਆਪਾਂ ਆਵਾਗਮਨ ਕਹਿੰਦੇ ਹਾਂ। ਪਰ ਗੁਰੂ ਬੰਧਨ ਕੱਟਦਾ ਕਦੋਂ ਹੈ? ਗੁਰੂ ਦੇ ਅੱਗੇ ਇਹ ਜੋਗੜੀ ਕਰਨੀ ਪੈਂਦੀ ਹੈ, ਬਲ ਛੁੱਟ ਕੇ ਉਹ ਬੰਧਨ ਭਰੇ। ਇਹ ਮੇਰੇ ਮਾਲਕ ਜੀ, ਮੇਰੇ ਵਿੱਚ ਕੋਈ ਬਲ ਨਹੀਂ, ਤਾਕਤ ਨਹੀਂ ਜਿਹਦੇ ਨਾਲ ਮੈਂ ਆਪਣੇ ਬੰਧਨਾਂ ਨੂੰ ਕੱਟ ਸਕਾਂ। ਬਲ ਛੁੱਟ ਕੇ ਉਹ ਬੰਧਨ ਭਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਾਜ ਜਿਉਂ ਹੋਵੋ ਸਹਾਰੇ। ਅਤੇ ਜਦੋਂ ਅਸੀਂ ਆਪਣਾ ਆਤਮ ਬਲ, ਜਿਹਨੂੰ ਨਿੱਜ ਬਲ ਕਹਿੰਦੇ ਹਨ, ਇਹ ਗੁਰੂ ਦੇ ਕੋਲ ਆ ਕੇ ਹਾਰ ਜਾਂਦੇ ਹਾਂ, ਗੁਰੂ ਦੇ ਅੱਗੇ ਢਹਿ ਜਾਂਦੇ ਹਾਂ, ਸਮਰਪਿਤ ਹੋ ਜਾਂਦੇ ਹਾਂ, ਅਤੇ ਗੁਰੂ ਨੂੰ ਕਹਿ ਦਿੰਦੇ ਹਾਂ ਵੀ ਇਹ ਮੇਰੇ ਬਸ ਦੀ ਕੋਈ ਗੱਲ ਨਹੀਂ, ਮੈਂ ਆਪਣੇ ਮਨ ਨੂੰ ਰੋਕ ਸਕਾਂ, ਬੰਧਨਾਂ ਨੂੰ ਕੱਟ ਸਕਾਂ। ਅਤੇ ਗੁਰੂ ਫਿਰ ਆਪਣਾ ਬਲ ਦਿੰਦਾ,
ਉਤਨੀ ਦੇਰ ਤੱਕ ਗੁਰੂ ਨੇ ਬਲ ਨਹੀਂ ਦੇਣਾ ਜਿਤਨੀ ਦੇਰ ਤੱਕ ਅਸੀਂ ਆਪਣੇ ਬਲ 'ਤੇ ਜਾਂਦੇ ਹਾਂ। ਆਪਣਾ ਬਲ ਗੁਰੂ ਦੇ ਅੱਗੇ ਰੱਖਣਾ ਪੈਂਦਾ, ਕਹਿਣਾ ਪੈਂਦਾ ਹਮਰੀ ਕਰੋ ਹਾਥ ਦੈ ਪੂਰਨ ਹੋਏ ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਰਥ ਪਾਰ, ਹਮਰੇ ਦੁਸ਼ਟ ਸਵੈ ਤੁਮ ਭਾਵ ਹੋ, ਆਪ ਹਾਥ ਦੈ ਗੁਰੂ ਦੇ ਅੱਗੇ ਇਹ ਬੇਨਤੀ ਕਰਨੀ ਪੈਂਦੀ ਹੈ। ਪਰ ਜਦੋਂ ਕੋਈ ਆਪਣਾ ਨਿਜ ਬਲ ਆਤਮ ਬਲ ਗੁਰੂ ਦੇ ਅੱਗੇ ਰੱਖਦਾ ਹੈ ਤਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਰਮਾਤਮਾ ਆਪਣਾ ਬਲ ਦਿੰਦਾ ਹੈ, ਉਹ ਬਲ ਦੇ ਨਾਲ ਬੰਧਨ ਕੱਟੇ ਜਾਂਦੇ ਨੇ। ਬਲ ਹੋਆ ਬੰਧਨ ਛੁਟੇ, ਬਲ ਹੋਆ ਬੰਧਨ ਛੁਟੇ, ਸਭ ਕਿਛੁ ਹੋਤ ਉਪਾਏ ਨਾਨਕ, ਸਭ ਕਿਛੁ ਤੁਮਰੈ ਹਾਥ ਮੈਂ ਤੁਮ ਹੀ ਹੋਤ ਸਹਾਈ। ਸੰਸਾਰ ਵਿੱਚ ਯਾਤਰਾ ਦੋ ਤਰ੍ਹਾਂ ਦੀ ਹੈ, ਇੱਕ ਸਰੀਰ ਦੀ ਯਾਤਰਾ ਅਤੇ ਦੂਸਰੀ ਯਾਤਰਾ ਹੈ ਆਤਮਾ ਦੀ। ਜਿਹੜੀ ਸਰੀਰ ਦੀ ਯਾਤਰਾ ਹੈ, ਮੰਨ ਲਓ ਕੋਈ ਇਨਸਾਨ 50 ਸਾਲ ਦਾ ਹੋ ਗਿਆ, ਕੋਈ 60 ਦਾ ਹੋ ਗਿਆ, ਕੋਈ 17 ਨੂੰ ਢੁੱਕ ਗਿਆ ਅਤੇ ਰੱਬ ਦੇ ਘਰੋਂ ਸੁਨੇਹਾ ਆ ਗਿਆ, ਤਾਂ ਉਸ ਦੀ ਯਾਤਰਾ ਉਸੇ ਦਿਨ ਸਮਾਪਤ ਹੋ ਜਾਣੀ ਹੈ। ਕੋਈ ਲੱਖ ਯਤਨ ਕਰੇ ਕਿ ਮੇਰੀ ਸਰੀਰ ਦੀ ਯਾਤਰਾ ਇਹ ਕਦੇ ਰੁਕੇ ਨਾ, ਇਹ ਚੱਲਦੀ ਹੋ ਰਹੇ, ਇਹ ਲਗਾਤਾਰ ਅੱਗੇ ਵੱਧਦੀ ਜਾਵੇ, ਪਰ ਇਹ ਯਾਤਰਾ ਨੇ ਇੱਕ ਦਿਨ ਗੁਰੂ ਕੇ ਸਵਾਰੇ ਖਤਮ ਹੋਣਾ, ਇਹਦਾ ਐਂਡ ਹੈ। ਇਹ ਯਾਤਰਾ ਦੇ ਤਿੰਨ ਪੜਾਅ ਨੇ, ਬਾਲ ਜਵਾਨੀ ਆਰ ਬਿਰਧ ਹੁਣ, ਤੀਨ ਅਵਸਥਾ, ਚੌਥਾ ਕੋਈ ਸਟੇਸ਼ਨ ਨਹੀਂ ਹੈ, ਇਹ ਤਿੰਨ ਹੀ ਨੇ। ਕੋਈ ਬਚਪਨ ਵਿੱਚ ਚਲਾ ਗਿਆ, ਕੋਈ ਜਵਾਨੀ ਵਿੱਚ ਅਤੇ ਵਡੇਰੇ ਵਿੱਚ, ਤਾਂ ਸਾਰਿਆਂ ਨੇ ਜਾਣਾ, ਅੱਗੇ ਕੁਝ ਨਹੀਂ ਹੈ। ਤਾਂ ਮਹਾਰਾਜ ਨੇ ਇੱਥੋਂ ਤੱਕ ਵਚਨ ਕਿਹਾ, ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਏ ਨਾ ਬੰਦਾ ਧੀਰ। ਇੱਕ ਬੇਨਤੀ ਹੋਰ ਸਮਝੋ, ਹਰੇਕ ਮਾਪਾ ਮਾਂ ਪਿਓ ਚਾਹੁੰਦਾ ਹੈ ਕਿ ਮੇਰੀ ਜਿਹੜੀ ਔਲਾਦ ਹੈ ਇਹਨੂੰ ਮੈਂ ਚੰਗਾ ਸਭ ਕੁਝ ਦੇ ਕੇ, ਇਹਦਾ ਖਾਣ ਪਾਣ ਚੰਗਾ ਹੋਵੇ, ਇਹਦਾ ਵਿੱਦਿਆ ਵਾਲਾ ਪੱਖ ਚੰਗਾ ਹੋਵੇ, ਇਹਦਾ ਰਹਿਣ ਸਹਿਣ ਵਧੀਆ ਹੋਵੇ, ਇਹਦੀ ਜ਼ਿੰਦਗੀ ਮੈਂ ਬਿਲਕੁਲ ਸੈੱਟ ਕਰ ਲਿਆ। ਹਰੇਕ ਕੋਈ ਆਪਣੀ ਪੁੱਜਤ ਦੇ ਅਨੁਸਾਰ ਆਪਣੇ ਬੱਚੇ ਨੂੰ ਪੜ੍ਹਾਉਂਦਾ ਹੈ, ਵਧੀਆ ਜੋਬ 'ਤੇ ਲੈ ਕੇ ਜਾਂਦਾ, ਕਾਹਦੇ ਵਾਸਤੇ ਕਿ ਮੈਂ ਇਹਦੀ ਜ਼ਿੰਦਗੀ ਸੈੱਟ ਕਰ ਲਿਆ। ਪਰ ਬਿਰਲੇ ਮਾਪੇ ਹੋਣਗੇ ਜੋ ਆਤਮਾ ਬਾਰੇ ਵੀ ਸੋਚਦੇ ਹੋਣੇ ਆ ਕਿ ਮੇਰੇ ਬੱਚੇ ਦਾ ਜੀਵਨ ਦਾ ਭਲਾ ਹੋਵੇ, ਫਿਰ ਉਹ ਗੁਰੂ ਹੈ ਜੋ ਸਾਡੀ ਆਤਮਾ ਦਾ ਭਲਾ ਚਾਹੁੰਦਾ। ਗੁਰੂ ਕਹਿੰਦਾ ਹੈ ਮੈਂ ਚਾਹੁੰਦਾ ਵੀ ਤੇਰੀ ਆਤਮਾ ਦੀ ਯਾਤਰਾ ਸਫਲ ਹੋਵੇ, ਸਫਲ 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 ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਪਰ ਇਹ ਕਦੋਂ ਹੁੰਦਾ, ਇਹ ਕਦੋਂ ਹੁੰਦਾ? ਗੁਰੂ ਦੇ ਅੱਗੇ ਜੋਗਲੀ ਕਰਨੀ ਪੈਂਦੀ ਹੈ, ਅਤੇ ਗੁਰੂ ਹੈ ਪੂਰਾ ਵੈਦ, ਗੁਰੂ ਹੈ ਸਮਰੱਥ। ਇਹ ਬਾਹਰ ਦੇ ਕਿਲਿਆਂ ਦੀ ਗੱਲ ਨਹੀਂ ਕਿ 52 ਰਾਜਿਆਂ ਨੂੰ ਛੁਡਾ ਦਿੱਤਾ, ਆਹ ਸਰੀਰ ਵੀ ਇੱਕ ਕਿਲਾ ਪਿਆਰਿਓ, ਇਹਦੇ ਵਿੱਚ ਆਤਮਾ ਬੈਠੀ ਹੈ, ਇਹਦੇ ਵਿੱਚ ਸਾਡੀ ਸੁਰਤ ਕੈਦ ਹੋ ਚੁੱਕੀ ਹੈ, ਅਤੇ ਇਹਦੀ ਬੰਦ ਖਲਾਸੀ ਕਰਨ ਵਾਲਾ ਗੁਰੂ ਹੈ। ਬੰਦ ਖਲਾਸੀ ਭਾਣੇ ਹੋਏ, ਪਰ ਗੁਰੂ ਦੇ ਭਾਣੇ ਵਿੱਚ ਆਉਣਾ ਪੈਣਾ, ਗੁਰੂ ਦੇ ਹੁਕਮ ਵਿੱਚ ਆਉਣਾ ਪੈਣਾ, ਇਹ ਗੁਰੂ ਦੀ ਸਮਰੱਥ ਹੈ। ਜਨਮ ਜਨਮ ਕੇ ਦੁੱਖ ਨਿਵਾਰੈ, ਇੱਕ ਜਨਮ ਦੀ ਗੱਲ ਨਹੀਂ, ਜਨਮਾਂ ਜਨਮਾਂਤਰਾਂ ਦੇ ਦੁੱਖਾਂ ਨੂੰ ਗੁਰੂ ਦੂਰ ਕਰਦਾ ਹੈ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਾਨਸਾ ਧਾਰੈ, ਦਰਸ਼ਨ ਭੇਟ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਅਤੇ ਅੱਗੇ ਕੀ ਕਹਿੰਦੇ ਪੰਚਮ ਗੁਰਦੇਵ, ਮੇਰਾ ਵੈਦ ਗੁਰੂ
ਰੱਬ ਦਾ ਰੂਪ ਗੋਬਿੰਦ ਪਰਮਾਤਮਾ ਨੂੰ ਕਹਿੰਦੇ ਨੇ। ਗੋ ਧਰਤੀ ਬਿੰਦ ਨਾਮ ਹੈ ਆਸਰੇ, ਜਿਹੜਾ ਧਰਤੀ ਦਾ ਆਸਰ ਹੈ ਉਹਦਾ ਰੂਪ ਹੈ ਗੁਰੂ। ਮੇਰਾ ਵੈਦ ਗੁਰੂ ਗੋਬਿੰਦ ਦਾ ਇਹ ਪੂਰਾ ਵੈਦ ਹੈ, ਮਤਲਬ ਕਿ ਜਿਹੜਾ ਆਵਾਗਾਉਣ ਦਾ ਚੱਕਰ ਹੈ ਉਹ ਕੱਟਣ ਵਿੱਚ ਸਮਰੱਥ ਹੈ। ਮੇਰਾ ਵੈਦ ਗੁਰੂ ਗੋਬਿੰਦ ਦਾ ਤੇ ਕੱਟਦਾ ਕਿਵੇਂ ਹੈ ਤੂੰ ਅੱਗੇ ਲਿਖਿਆ ਹੈ, ਹਰ ਹਰ ਨਾਮ ਔਖਦ ਮੁਖ ਦੇਵੈ ਕੱਟੈ ਜਨ ਕੀ ਫੰਦਾ ਫੰਦਾ। ਇਹ ਕੇਵਲ ਬਾਹਰਲੇ ਕਿਰਿਆ ਦੀ ਗੱਲ ਨਹੀਂ, ਗੁਰੂ ਅਰਜਨ ਮਹਾਰਾਜ ਕਹਿੰਦੇ ਜਮ ਦੀਆਂ ਫਾਗੀਆਂ ਨੂੰ ਕੱਟਣ ਵਿੱਚ ਗੁਰੂ ਸਮਰੱਥ ਹੈ। ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ। ਜਪੋ ਜੀ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਭਗਵਦ ਮੁਖ ਦੇਵ, ਹਰ ਹਰ ਨਾਮ ਔਖਦ ਮੁਖ ਦੇਵ, ਹਰ ਹਰ ਨਾਮ ਔਖਦ ਮੁਖ ਦੇਵ, ਹਰ ਹਰ ਨਾਮ ਔਖਦ ਮੁਖ ਦੇਵ, ਹਰੇ ਹਰ ਹਰ ਨਾਮ ਔਖਦ ਮੁਖ ਦੇਵ, ਹਰ ਹਰ ਨਾਮ ਔਖਦ ਮੁਖ ਦੇਵ, ਹਰ ਹਰ ਨਾਮ ਔਖਦ ਮੁਖ ਦੇਵ, ਹਰ ਹਰ ਨਾਮ ਔਖਦ ਮੁਖ ਦੇਵ। ਵਾਹਿਗੁਰੂ 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 ਕੱਟੈ ਜਮ ਕੀ ਫੰਦਾ, ਮੇਰਾ ਵਾਹਿਗੁਰੂ ਗੋਬਿੰਦਾ, ਵਾਹਿਗੁਰੂ ਗੋਬਿੰਦਾ, ਮੇਰਾ ਵਾਹਿਗੁਰੂ ਗੋਬਿੰਦਾ, ਕੱਟੈ ਜਮ ਕੀ ਫੰਦਾ, ਮੇਰਾ ਵਾਹਿਗੁਰੂ ਗੋਬਿੰਦਾ, ਵਾਹਿਗੁਰੂ ਗੋਬਿੰਦਾ, ਮੇਰਾ ਵਾਹਿਗੁਰੂ ਗੋਬਿੰਦਾ। ਗੁਰੂ ਕਹਿਣਾ ਪੈਂਦਾ ਹੈ ਸੁਣੋ ਬੇਨਤੀ, ਠਾਕੁਰ ਮੇਰੇ ਜੀਉ ਜੰਤ ਤੇਰੇ ਧਾਰੇ, ਰਾਗ ਪੈਜ ਨਾਮ ਆਪਣੇ ਕੀ। ਗੁਰੂ ਅਰਜਨ ਮਹਾਰਾਜ ਦਾ ਇੱਕ ਹੋਰ ਵਚਨ ਹੈ ਜਿਹਦੇ ਪਾਤਸ਼ਾਹ ਵਚਨ ਕਰਦੇ, ਕਹਿੰਦੇ ਗਈ ਬੋੜ ਬੰਦੀ ਛੋੜ। ਐ ਮੇਰੇ ਮਾਲਕ ਜੀ, ਤੇਰੇ ਵਿੱਚ ਇਹ ਤਾਕਤ ਹੈ, ਜਿਹੜੀ ਅਵਸਥਾ ਮੇਰੇ ਕੋਲ ਚਲੀ ਗਈ, ਕਿਹੜੀ, ਜਿਹੜਾ ਬੱਚਾ ਹੈ ਨਾ ਉਹ ਨਿਰਮਲ ਬੁੱਧੀ ਆ, ਕਿਸੇ ਨਾਲ ਕੋਈ ਈਰਖਾ ਨਹੀਂ, ਕੋਈ ਵੈਰ ਨਹੀਂ, ਕੋਈ ਦੁਸ਼ਮਣੀ ਨਹੀਂ, ਜੋ ਚਲੀ ਗਈ ਉਹ ਮੋੜਨ ਵਿੱਚ ਸਮਰੱਥ ਹੈ। ਗਈ ਬਹੋੜ,
ਬੰਦੀ ਛੋਰ ਛੋਰ ਹਰ ਤਰ੍ਹਾਂ ਦੇ ਬੰਧਨ ਨੂੰ ਕੱਟਣ ਵਾਲਾ, ਨਿਰੰਕਾਰ ਦੁੱਖਦਾਰੀ, ਦੁੱਖਾਂ ਵਿੱਚ ਸਹਾਰ ਵੀ ਲੈਂਦਾ, ਉਹ ਦੁੱਖਾਂ ਵਿੱਚ ਨਾਲ ਖੜਦਾ। ਫਿਰ ਅੱਗੇ ਕਹਿੰਦੇ ਕਰਮ ਨਾ ਜਾਣਾ ਧਰਮ ਨਾ ਜਾਣਾ, ਪਹਿਲਾਂ ਉਹਦੇ ਬਾਰੇ ਦੱਸਿਆ ਤੂੰ ਕੀ ਹੈ, ਫਿਰ ਆਪਣੇ ਬਾਰੇ ਦੱਸਿਆ ਵੀ ਮੈਂ ਕੀ ਹਾਂ। ਆਪਣੇ ਬਾਰੇ ਦੱਸਿਆ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਹੁਣ ਹੈ ਮੇਰੀ ਗੱਲ, ਕਹਿੰਦੇ ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਫਿਰ ਅੱਗੇ ਕਹਿੰਦੇ ਨਾਮ ਪਰਿਓ ਭਗਤ ਹੋਈ ਮੈਨਾਂ, ਪਰ ਮੈਨੂੰ ਇੱਕ ਆਸ ਹੈ ਨਾ ਵੀ ਲੋਕ ਮੈਨੂੰ ਕਹਿੰਦੇ ਨੇ ਇਹ ਗੁਰੂ ਨਾਨਕ ਦਾ ਸਿੱਖ ਹੈ, ਮੈਂ ਸਿਰ ਦੇ ਉੱਪਰ ਦਸਤਾਰ ਸਜਾਈ ਆ, ਤੇਰੇ ਮਾਲਕ ਜੀ ਤੇਰੀ ਸ੍ਰੀ ਸਾਹਿਬ ਪਾਈ ਹੈ, ਦਕਾਰ ਪਾਏ ਨੇ, ਸਾਬਤ ਸੂਰਤ ਆ, ਤੇਰਾ ਕਹਾਉਣਾ ਮੈਂ ਵੀ ਮੈਂ ਗੁਰੂ ਨਾਨਕ ਦਾ, ਪਰ ਜੋ ਮੈਂ ਹਾਂ ਉਹ ਤੈਨੂੰ ਪਤਾ ਹੀ ਆ ਵੀ ਕਿਹੋ ਜਿਹਾ ਮੈਂ ਅੰਦਰੋਂ, ਪਰ ਮੇਰਾ ਨਾਮ ਤਾਂ ਡਿੱਗ ਗਿਆ ਨਾ ਵੀ ਮੈਂ ਤੇਰਾ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ। ਅੱਗੇ ਕੀ ਲਿਖਿਆ, ਇਹ ਰੱਖੋ ਲਾਜ ਤੁਹਾਰੀ, ਇਹ ਨਹੀਂ ਕਿਹਾ ਹਮਾਰੀ, ਨਹੀਂ ਨਹੀਂ, ਇਹ ਰੱਖੋ ਲਾਜ ਤੁਹਾਰੀ, ਇਹ ਮੇਰੇ ਮਾਲਕ ਜੀ ਤੂੰ ਆਪਣੇ ਬਿਰਧ ਬਾਣੀ ਦੀ ਆਪਣੇ ਨਾਮ ਦੀ ਲਾਜ ਰੱਖਣਾ, ਮੈਂ ਤਾਂ ਜਿਹੋ ਜਿਹਾ ਹਾਂ ਤੈਨੂੰ ਪਤਾ ਹੀ ਹੈ। ਸੁਣੋ ਬਿਨਾਂ ਤੇ ਠਾਕੁਰ ਮੇਰੇ, ਜੀ ਜਾਨ ਤੇਰੇ ਧਾਰੇ, ਰਾਗ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਰੇ, ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਐ ਮੇਰੇ ਮਾਲਕ ਜੀ ਤੂੰ ਆਪਣੇ ਮਾਲਕਾਂ ਵਾਲੇ ਸੁਭਾਅ ਦੇ ਵਿੱਚ ਆ ਜਾ, ਆਪਣੇ ਮਾਲਕਾਂ ਵਾਲੇ ਸੁਭਾਅ ਵਿੱਚ ਆ ਜਾ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਬੜੇ ਪਿਆਰ ਨਾਲ, ਬੁਰੇ ਭਲੇ ਹਮ ਥਾਰੇ, 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 ਬੁਰੇ ਭਲੇ ਹਮ ਥਾਰੇ। ਖਸਮਾਨਾ ਕਰ ਪਿਆਰੇ ਪ੍ਰਭ ਕੀ, ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ ਪ੍ਰਭ ਜੀ, ਪ੍ਰਭ ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ ਪ੍ਰਭ ਜੀ, ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ ਪ੍ਰਭ ਜੀ, ਖਸਮਾਨਾ ਕਰ ਪਿਆਰੇ। ਕਸਮਾਨਾ ਕਰ ਪਿਆਰੇ, ਕਸਮਾਨਾ ਕਰ।
ਸਵਾਰੇ, ਬੰਧਨ ਕੱਟਦਾ ਗੁਰੂ। ਗੁਰੂ ਦੀ ਨਿਸ਼ਾਨੀ ਉਹ ਇਹ ਹੈ, ਬੰਧਨ ਤੋੜ ਬੁਲਾਵੈ ਰਾਮ, ਮਨ ਮੈਂ ਲਾਗੈ ਸਾਜ ਧਿਆਨ, ਮੇਰਾ ਕਲੇਸ਼ ਸੁਖੀ ਹੋਏ ਰਹੀ ਹੈ, ਐਸਾ ਦਾਤਾ ਸਤਿਗੁਰ ਕਹੀਐ। ਸੰਨ 1606 ਮਈ ਦਾ ਮਹੀਨਾ, ਧੰਨ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਲਾਹੌਰ ਦੀ ਧਰਤੀ ਤੱਤੀ ਤਵੀ 'ਤੇ ਸਤਿਗੁਰਾਂ ਦਾ ਚੌਂਕੜਾ ਲਵਾਇਆ, ਉੱਬੜਦੀ ਦੇਗ ਵਿੱਚ ਚੌਂਕੜਾ ਲਵਾਇਆ, ਅਤੇ ਸਤਿਗੁਰਾਂ ਦੇ ਪਾਵਨ ਸੀਸ ਵਿੱਚ ਗਰਮ ਬਾਲੂ ਰੇਤ ਪਾਇਆ, ਅਤੇ ਸਤਿਗੁਰਾਂ ਦੀ ਸ਼ਹਾਦਤ ਹੋਈ। ਉਸ ਤੋਂ ਉਪਰੰਤ ਉਸੇ ਤੱਤੀ ਤਵੀ ਦੇ ਵਿੱਚੋਂ ਦੋ ਤਲਵਾਰਾਂ ਨਿਕਲ ਗਈਆਂ ਨੇ, ਫਿਰ ਅਕਾਲ ਤਖ਼ਤ ਸਾਹਿਬ ਦੀ ਰਚਨਾ ਹੁੰਦੀ ਹੈ, ਜਿਸ ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਾਂਤਮਈ ਵਾਰਾਂ ਦਾ ਕੀਰਤਨ ਹੁੰਦਾ ਸੀ, ਹੁਣ ਢਾਡੀ ਆ ਕੇ ਵੀਰ ਰਸੀ ਵਾਰਾਂ ਗਾਉਣ ਲੱਗੇ, ਫੌਜਾਂ ਦੀ ਭਰਤੀ ਹੋ ਗਈ, ਘੋੜ ਸਵਾਰ ਗੁਰੂ ਮਹਾਰਾਜ ਨੇ ਰੱਖ ਲਏ, ਅਤੇ ਮਨ ਅਖਾੜੇ ਰਚੇ ਗਏ, ਪਹਿਲਵਾਨ ਘੁਲਣ ਲੱਗੇ, ਇਹ ਮਾਹੌਲ ਗੁਰੂ ਘਰ ਦਾ ਬਣ ਗਿਆ। ਕਦੋਂ? ਸਤਿਗੁਰਾਂ ਦੀ ਸ਼ਹੀਦੀ ਤੋਂ ਉਪਰੰਤ। ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਸੀਸ ਉੱਪਰ ਕਲਗੀ ਵੀ ਲਾਈ ਹੈ, ਕਲਗੀ ਲਾਈ, ਕਿਰਪਾਨਾਂ ਧਾਰਨ ਕੀਤੀਆਂ, ਅਤੇ ਸਤਿਗੁਰੂ ਜੀ ਨੂੰ ਸਿੱਖ ਕਹਿਣ ਲੱਗ ਗਏ ਸੱਚਾ ਪਾਤਸ਼ਾਹ। ਇੱਧਰੋਂ ਅਕਾਲ ਤਖ਼ਤ ਸਾਹਿਬ ਦੀ ਵੀ ਰਚਨਾ ਹੋ ਗਈ। ਹੁਣ ਸਿੱਖਾਂ ਦੇ ਜਿੰਨੇ ਵੀ ਫੈਸਲੇ ਨੇ ਨਾ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਬੇੜੇ ਜਾਂਦੇ ਨੇ। ਇਹ ਕਨਸੋ ਪੈ ਗਈ ਜਹਾਂਗੀਰ ਦੇ ਹੱਥ ਕਿ ਤੇਰੇ ਤਾਕਤ ਤੋਂ ਉੱਚਾ ਤਾਕਤ, ਬਲਵਾਨ ਤਾਕਤ ਗੁਰੂ ਨਾਨਕ ਦੇ ਘਰ ਦੇ ਵਿੱਚ ਬਣਾਇਆ ਗਿਆ, ਅਤੇ ਸਿੱਖਾਂ ਦੇ ਜਿੰਨੇ ਵੀ ਝਗੜੇ ਨੇ ਉੱਥੇ ਨਿਬੇੜੇ ਜਾ ਰਹੇ ਨੇ, ਅਤੇ ਤੈਨੂੰ ਦੁਨੀਆ ਕਹਿੰਦੀ ਆ ਬਾਦਸ਼ਾਹ, ਪਰ ਉਹ ਗੁਰੂ ਨੂੰ ਕਹਿੰਦੀ ਆ ਸੱਜਾ ਪਾਤਸ਼ਾਹ। ਹੁਣ ਇਹ ਗੱਲ ਜਾਣੀ ਬੜੀ ਔਖੀ ਸੀ ਨਾ ਜਹਾਂਗੀਰ ਲਈ। ਅਤੇ ਇੱਧਰੋਂ ਜਿਹੜੇ 52 ਰਾਜੇ ਨੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ। ਇਹ ਕੌਣ ਨੇ? ਜਿਨ੍ਹਾਂ ਤੋਂ ਵੀ ਜਹਾਂਗੀਰ ਨੂੰ ਥੋੜ੍ਹਾ ਬਹੁਤਾ ਡਰ ਸੀ ਕਿ ਕੱਲ੍ਹ ਨੂੰ ਇਹ ਮੇਰਾ ਕਿਤੇ ਰਾਜ ਨਾ ਹਥਿਆਰ ਹੈ, ਇਹਨਾਂ ਤੋਂ ਮੈਨੂੰ ਖਤਰਾ ਹੈ, ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੀ ਨਹੀਂ ਕੀਤਾ, ਨਹੀਂ ਨਹੀਂ, ਉਹਨਾਂ ਨੂੰ ਥਾਂਲਿਆਂ ਦੇ ਨਾਲ ਪਸ਼ੂਆਂ ਦੀ ਤਰ੍ਹਾਂ ਨੂੜਿਆ ਹੋਇਆ ਸੀ, ਉਹਨਾਂ ਦੇ ਭੋਜਨ ਵਿੱਚ ਸਲੋ ਪੋਇਜ਼ਨ, ਹਰ ਰੋਜ਼ ਜ਼ਹਿਰ ਦਿੱਤੀ ਜਾਂਦੀ ਸੀ ਉਹਨਾਂ ਨੂੰ। ਤੀਸਰਾ, ਕੋਈ ਨਹਾਉਣ ਧੋਣ ਦਾ ਪ੍ਰਬੰਧ ਨਹੀਂ ਸੀ, ਖੁੱਲ੍ਹਾ ਜਿਹਾ ਤਲਾਬ ਬਣਾਇਆ ਸੀ, ਕਦੇ ਅਹੰਕਾਰਾਂ ਦਾ ਚਿੱਤ ਕਰਦਾ ਉਹਨਾਂ ਸਾਰਿਆਂ ਨੂੰ ਖੋਲ੍ਹ ਕੇ ਤਲਾਬ ਵਿੱਚ ਵਾਰ ਦੇਣਾ ਅਤੇ ਮੁੜ ਕੇ ਲਿਆ। ਉਹ ਕਿਲੇ ਦਾ ਇਹ ਇਤਿਹਾਸ ਸੀ ਵੀ ਜਿਹੜਾ ਵੀ ਉੱਥੇ ਜਾਂਦਾ ਸੀ, ਜਾਂਦਾ ਤੁਰ ਕੇ ਸੀ, ਪਰ ਜਦੋਂ ਕੋਈ ਬਾਹਰ ਆਉਂਦਾ ਸੀ ਉਹ ਚਾਰ ਮੋਢਿਆਂ 'ਤੇ ਆਉਂਦਾ ਸੀ, ਕੋਈ ਉੱਥੋਂ ਜਿਉਂਦਾ ਨਹੀਂ ਸੀ ਆਉਂਦਾ। ਇਹ ਇਤਿਹਾਸ ਹੈ ਗਵਾਲੀਅਰ ਦੇ ਕਿਲੇ ਦਾ। ਹੁਣ ਜਹਾਂਗੀਰ ਨੂੰ ਇੱਥੋਂ ਵੀ ਖਤਰਾ ਹੈ ਵੀ ਅਕਾਲ ਤਖ਼ਤ ਰਚਿਆ ਗਿਆ ਅਤੇ ਮੀਰੀ ਪੀੜ੍ਹੀ ਦੇ ਮਾਲਕ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਨੇ ਅਤੇ ਢਾਡੀ ਸਿੱਖ ਵਾਰਾਂ ਗਾਉਂਦੇ ਨੇ ਕਿ ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀੜ੍ਹੀ ਦੀ, ਇੱਕ ਅਜਮਤ ਦੀ ਇੱਕ ਸ਼ਾਹ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜ਼ਾ ਬਲਖ ਵਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਫਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ, ਪੱਗ ਤੇਰੀ
ਕੀ ਰਾਹਗੀਰ ਦੀ ਇਹ ਮੇਰੇ ਮਾਲਕ ਦੀ ਦਸਤਾਰ ਤਾਂ ਤੇਰੇ ਪਾਵਨ ਸੀਸ ਤੇ ਸੋਭਦੀ ਹੈ। ਕਿਉਂ? ਇਹ ਜਿਹੜੀ ਪੱਗ ਹੈ, ਦਸਤਾਰ ਹੈ, ਇਹ ਤੱਤੀ ਤਵੀ ਵਿੱਚੋਂ ਨਿਕਲੀ ਹੋਈ ਹੈ, ਇਹਨੂੰ ਸ਼ਹਾਦਤ ਦਾ ਰੰਗ ਚੜਿਆ, ਬਾਦਸ਼ਾਹੀ ਤਾਂ ਤੇਰੀ ਹੈ, ਉਹ ਸੱਚੀ ਸੁੱਚੀ ਇੱਜ਼ਤ ਤਾਂ ਤੇਰੀ ਹੈ, ਮਾਨ ਪ੍ਰਤਿਸ਼ਠਾ ਤਾਂ ਤੇਰੀ ਹੈ, ਤੇਰੇ ਸਾਹਮਣੇ ਜਹਾਂਗੀਰ ਦੀ ਹੈ। ਛੋਟੀ ਗੱਲ ਦਿੰਦਾ ਸੀ ਜਦੋਂ ਹੁਣ ਆਹ ਵਾਰ ਗਾਈ ਜਾ ਰਹੀ ਹੈ ਗੁਰੂ ਮਹਾਰਾਜ ਦੇ ਸਨਮੁੱਖ, ਪੱਗ ਤੇਰੀ ਕੀ ਜਹਾਂਗੀਰ। ਹੁਣ ਇਹ ਕੁਝ ਜਦੂ ਨੇ ਵੇਖ ਲਿਆ ਜਿਹਨੇ ਪਾਪ ਕਮਾਇਆ ਹੋਇਆ, ਕਿਉਂਕਿ ਜਿਹੜਾ ਬੰਦਾ ਪਾਪ ਕਰਦਾ ਨਾ ਤੇ ਉਹ ਡਰਦਾ, ਸੋ ਡਰਿਆ ਜੇ ਪਾਪ ਕਮਾਉਂਦਾ ਧਰਮੀ ਬਖਸੇ, ਜਿਹੜਾ ਧਰਮੀ ਉਹ ਸਦਾ ਵਿਕਾਸ ਵਿੱਚ ਰਹਿੰਦਾ, ਜਿਹੜਾ ਬੰਦਾ ਪਾਪ ਕਰਦਾ ਤੇ ਉਹਦੀ ਆਤਮਾ ਕੰਬਦੀ ਹੈ। ਉਹਨੇ ਵੀ ਵੇਖ ਲਿਆ ਵੀ ਆਉਣ ਵਾਲੇ ਜਿਹੜੇ ਦਿਨ ਨੇ ਨਾ ਇਹ ਮੇਰੇ ਵਾਸਤੇ ਸਹੀ ਨਹੀਂ ਹੈ। ਤੇ ਉਧਰੋਂ ਜਹਾਂਗੀਰ ਬਿਮਾਰ ਹੋ ਗਿਆ, ਬੜੇ ਇਲਾਜ ਕਰਾਏ, ਕਿਤੋਂ ਇਲਾਜ ਨਹੀਂ ਹੋਇਆ। ਅਖੀਰ ਉਹ ਪੁੱਛਦਾ ਵੀ ਹੁਣ ਕੀ ਕੀਤਾ ਜਾਏ, ਤਾਂ ਫਿਰ ਚੰਦੂ ਨੇ ਇਸ਼ਾਰਾ ਕੀਤਾ ਕਿ ਤੇਰੇ ਵਾਸਤੇ ਕੋਈ ਰੱਬੀ ਬੰਦਾ ਐਨ ਇਕਾਂਤ ਵਿੱਚ ਬੰਦਗੀ ਕਰੇ ਤੇ ਫਿਰ ਤੂੰ ਠੀਕ ਹੋ ਸਕਦਾ। ਗੁਰੂ ਮਹਾਰਾਜ ਨੂੰ ਬੁਲਾਇਆ ਗਿਆ ਕਿ ਤੁਹਾਨੂੰ ਜਹਾਂਗੀਰ ਮਿਲਣਾ ਚਾਹੁੰਦਾ। ਇੱਕ ਬੇਨਤੀ ਇੱਥੇ ਸਮਝ ਲਿਓ, ਦੁਨੀਆਂ ਦੀ ਕੋਈ ਤਾਕਤ ਨਹੀਂ ਜੇ ਜਿਹੜੇ ਗੁਰੂ ਨੂੰ ਕੈਦ ਕਰ ਸਕੇ। ਸੂਰਜ ਚਮਕਦਾ, ਰੌਸ਼ਨੀ ਦਿੰਦਾ, ਕੋਈ ਸੂਰਜ ਦੀ ਰੌਸ਼ਨੀ ਨੂੰ ਕੈਦ ਨਹੀਂ ਕਰ ਸਕਦਾ। ਨਮੋ ਸੂਰਜ ਸੂਰਜ, ਨਮੋ ਚੰਦਰ ਚੰਦਰ, ਗੁਰੂ ਸੂਰਜ ਵੱਖ ਹੈ, ਇਹ ਇੱਕ ਸਮਝਣ ਵਾਸਤੇ ਹੈ। ਇਹਦਾ ਮਤਲਬ ਇਹ ਵੀ ਗੁਰੂ ਸੂਰਜ ਹੈ, ਨਹੀਂ ਸੂਰਜ ਵੀ ਗੁਰੂ ਦੀ ਬਰਾਬਰਤਾ ਕਰ ਨਹੀਂ ਸਕਦਾ। ਇਹ ਸਮਝਣ ਵਾਸਤੇ ਕੁਝ ਰਸਤਾਨ ਹੁੰਦੇ ਨੇ ਕਿ ਸੂਰਜ ਦੀ ਰੌਸ਼ਨੀ ਨੂੰ ਕੈਦ ਨਹੀਂ ਕਰ ਸਕਦਾ, ਕਿਹੜੀ ਤਾਕਤ ਹੈ ਜਿਹੜੀ ਗੁਰੂ ਨੂੰ ਕੈਦ ਕਰ ਸਕੇ। ਨਾ ਉਹ ਮਾਰਿਆ ਨਾ ਠਾਕੈ ਜਾਏ, ਜਿਨ ਕੈ ਰਾਮ ਵਸੈ ਮਨ ਮਨ ਮਨ। ਗੁਰੂ ਨੂੰ ਕਿਹੜਾ ਧੋਖਾ ਦੇ ਦੂ, ਹੁਣ ਗੁਰੂ ਤਾਂ ਜਾਣਦਾ। ਹੁਣ ਜੇ ਕਿਸੇ ਨੂੰ ਚਿੱਕੜ ਵਿੱਚੋਂ ਕੱਢਣਾ ਤਾਂ ਖੁਦ ਚਿੱਕੜ ਵਿੱਚ ਵੜਨਾ ਪੈਂਦਾ। ਜੇ ਕੋਈ ਨਹਿਰ ਦੇ ਦਰਿਆ ਦੇ ਵਿੱਚ ਡੁੱਬਦਾ ਹੋਵੇ, ਕੱਢਣਾ ਹੋਵੇ, ਖੁਦ ਉਹਦੇ ਵਿੱਚ ਵੜਨਾ ਪੈਂਦਾ। ਗੁਰੂ ਮਹਾਰਾਜ ਨੇ ਵੇਖ ਲਿਆ ਤੇ ਸਤਿਗੁਰੂ ਦੀ ਹੁਣ ਉਹਨਾਂ ਦਾ ਪਾਰ ਉਤਾਰ ਕਰਨ ਵਾਸਤੇ, ਉਹਨਾਂ ਦੀ ਬੰਦ ਖਲਾਸੀ ਕਰਨ ਵਾਸਤੇ, ਉਹਨਾਂ ਨੂੰ ਨਵਾਂ ਜੀਵਨ ਦੇਣ ਵਾਸਤੇ ਚੱਲੇ। ਤੇ ਸਤਿਗੁਰ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਆ ਨਾ, ਉੱਥੇ ਦਾ ਜਿਹੜਾ ਦਰੋਗਾ ਸੀ ਉਹ ਹਰੀਦਾਸ ਹੈ, ਉਹ ਗੁਰੂ ਮਹਾਰਾਜ ਵਾਸਤੇ ਭੋਜਨ ਦਾ ਪ੍ਰਬੰਧ ਕਰਦਾ ਹੈ। ਪਾਤਸ਼ਾਹ ਜੀ ਨੇ ਕਹਿ ਦਿੱਤਾ ਹਰੀਦਾਸ ਵੀ ਅਸੀਂ ਆ ਸ਼ਾਹੀ ਭੋਜਨ ਨਹੀਂ ਕਰਨਾ, ਜੋ ਮੇਰੇ ਸਿੱਖ ਰਸਤਾਂ ਵਾਸਤਾਂ ਲੈ ਕੇ ਆਉਣਗੇ, ਭੋਜਨ ਹੁਣ ਉਹਨਾਂ ਦਾ ਤਿਆਰ ਹੋਵੇਗਾ। ਤਾਂ ਹਰ ਰੋਜ਼ ਗੁਰੂ ਕੇ ਲੰਗਰ ਤਿਆਰ ਹੁੰਦੇ ਨੇ, ਹਰ ਰੋਜ਼ ਪ੍ਰਸ਼ਾਦ ਬਣਦਾ ਹੈ। ਤੇ ਹੁਣ ਰਾਜੇ ਛਕਦੇ ਨੇ, ਇਹ ਥੋੜ੍ਹਾ ਵੀ ਕੱਲਾ ਮਹਾਰਾਜ ਹੀ ਛਕਦੇ ਸੀ, ਹੁਣ ਜਿੰਨੇ ਰਾਜੇ ਨੇ ਛਕਣ ਲੱਗ ਗਏ, ਦੀਵਾਨ ਲੱਗਣੇ ਸ਼ੁਰੂ ਹੋ ਗਏ, ਭੋਜਨ ਦਾ ਵੀ ਪ੍ਰਬੰਧ ਹੋ ਗਿਆ ਤਾਂ ਕਰਕੇ, ਤੇ ਆਤਮਾ ਦਾ ਭੋਜਨ ਵੀ ਗੁਰੂ ਮਹਾਰਾਜ ਦੇਣ ਲੱਗ ਗਏ, ਹਰ ਰੋਜ਼ ਹੀ ਦੀਵਾਨ ਲੱਗਦੇ ਨੇ। ਤੇ ਜਿੱਥੇ ਗੁਰੂ ਨੇ ਚਰਨ ਪਾਤੇ, ਉਹ ਬਾਹਰੀ ਧਰਤੀ ਵੀ ਤਾਣ ਰੂਪ ਧਰਤੀ ਵੀ ਹਰੀ ਭਰੀ ਹੋ ਜਾਂਦੀ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੀ ਰਾਮ ਰਾਜੀ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਜਿਨ ਨਾਨਕ ਸਾਡੇ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਤੇ ਸਤਿਗੁਰੂ ਜੀ ਨੇ ਹਰੀਦਾਸ ਨੂੰ ਗਾਜ ਦਿੱਤਾ ਤੇ ਨਾਲ ਵਚਨ ਕਰਤਾ, ਹਰੀਦਾਸ ਜ਼ਹਿਰ ਦੇ ਨਹੀਂ ਬੰਦ ਕਰਦੇ, ਉਹਦੀ ਆਤਮਾ ਕੰਬੀ ਅੰਦਰੋਂ, ਕਿਉਂ? ਘੱਟ ਘੱਟ ਕੇ
ਭਲੇ ਬੁਰੇ ਕੀ ਹਰੀ ਦਾਸ ਨੇ ਵੇਖ ਲਿਆ, ਗੁਰੂ ਬਲੀ ਹੈ, ਗੁਰੂ ਸਮਰੱਥ ਹੈ, ਹੱਥ ਜੋੜ ਰਹੇ ਕਹਿੰਦਾ ਪਾਤਸ਼ਾਹ ਇਹ ਮੈਨੂੰ ਮਾਫ ਕਰੋ, ਅੱਗੋਂ ਤੋਂ ਇਹ ਕਰਮ ਮੈਂ ਨਹੀਂ ਕਰੂੰਗਾ, ਮੇਰੀ ਭੁੱਲ ਚੁੱਕ ਦੀ ਖਿਮਾ ਕਰੋ, ਜੋ ਕਰ ਲਿਆ ਸੋ ਕਰ ਲਿਆ। ਕਹਿੰਦੇ ਕਰਦਾ ਤੂੰ ਹੈ, ਮੈਨੂੰ ਪਤਾ ਹੁਕਮ ਤੈਨੂੰ ਜਹਾਂਗੀਰ ਦਾ, ਕਰਦਾ ਤੂੰ ਹੈ, ਤੈਨੂੰ ਲੇਖਾ ਦੇਣਾ ਪੈਣਾ ਹੈ, ਇਸ ਲਈ ਇਹਨਾਂ ਨੂੰ ਜ਼ਹਿਰ ਦੇਣੀ ਬੰਦ ਕਰ ਦੇ। ਕਹਿੰਦਾ ਪਾਤਸ਼ਾਹ ਖੱਤ ਵਜਣ, ਅਤੇ ਜਿਹੜਾ ਹਰੀਦਾਸ ਦੋਗਾ ਸੀ ਉਹ ਗੁਰੂ ਮਹਾਰਾਜ ਦਾ ਸ਼ਰਧਾਲੂ ਬਣ ਗਿਆ। ਅਤੇ ਇੱਧਰੋਂ ਕੀ ਹੋਇਆ, ਹੁਣ ਜਦੋਂ ਸਤਿਗੁਰੂ ਜੀ ਅੰਦਰ ਨੇ ਅਤੇ ਧੰਨ ਬਾਬਾ ਬੁੱਢਾ ਸਾਹਿਬ, ਉਹਨਾਂ ਨੇ ਫਿਰ ਸਿੱਖਾਂ ਦੇ ਅੰਦਰ ਜਾਗਰਤੀ ਲਿਆਉਂਦੀ। ਨੋਟ ਕਰ ਲਿਓ, ਸਿੱਖਾਂ ਦੇ ਅੰਦਰ ਜਾਗਰਤੀ, ਜੋ ਆਪਾਂ ਹਰ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ, ਇਹ ਚੌਂਕੀਆਂ ਦਾ ਇਤਿਹਾਸ ਹੈ। ਚੌਂਕੀਆਂ ਕਿੱਥੋਂ ਸ਼ੁਰੂ ਹੋਈਆਂ? ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖਾਂ ਨੂੰ ਜਾਗਰਤ ਕੀਤਾ, ਸਿੱਖੋ ਚਲੋ ਆਪਣਾ ਗੁਰੂ ਗਵਾਲੀਅਰ ਦੇ ਕਿਲੇ ਵਿੱਚ ਹੈ, ਬਹੀਰਾਂ ਘੱਤ ਲਈਆਂ ਸਿੱਖਾਂ ਨੇ, ਜੋਟੀਆਂ ਬਣਾ ਕੇ ਬਸ ਫਿਰ ਚੌਂਕੀਆਂ ਦੇ ਰੂਪ ਵਿੱਚ ਜਾਂਦੇ ਨੇ, ਨਾਲ ਨਾਲ ਜਾਪ ਹੁੰਦਾ, ਢੋਲਕੀਆਂ ਛੈਣੇ ਖੜਕਦੇ ਨੇ, ਵਜ਼ੀਰਾਂ ਭੱਜਦੀਆਂ ਗਵਾਲੀਅਰ ਨੂੰ। ਤੇ ਜਾ ਕਰਕੇ ਧੰਨ ਬਾਬਾ ਬੁੱਢਾ ਸਾਹਿਬ ਨੇ ਨਾ ਜਿਹੜਾ ਕਿਲੇ ਦਾ ਦਰਵਾਜ਼ਾ ਸੀ, ਦਿੱਲੀ ਸੀ, ਉੱਥੇ ਸਿਰ ਰੱਖਤਾ ਆਪਣਾ। ਦਰੋਗਾ ਪੁੱਛਦਾ ਹਰੀਦਾਸ, ਕਹਿੰਦਾ ਬਾਬਾ ਬੁੱਢਾ ਸਾਹਿਬ ਮੈਨੂੰ ਸਿੱਖਾਂ ਤੋਂ ਤੇਰੇ ਬਾਰੇ ਪਤਾ ਲੱਗ ਗਿਆ, ਤੇਰੀ ਕਮਾਈ ਬਹੁਤ ਹੈ, ਗੁਰੂ ਨਾਨਕ ਦੇ ਘਰ ਵਿੱਚ ਤੇਰਾ ਸਤਿਕਾਰ ਬਹੁਤ ਹੈ, ਇੱਥੇ ਮੱਥਾ ਕਿਉਂ ਟੇਕਦਾ, ਇੱਥੇ ਕਿਹੜਾ ਗੁਰੂ ਹੈ, ਇੱਥੇ ਕਿਹੜਾ ਗੁਰੂ ਹੈ। ਉਹਨੇ ਬਚਨ ਕੀਤਾ, ਇਸ ਦੇਹਲੀ ਉੱਪਰ ਚਰਨ ਰੱਖ ਕੇ ਮੇਰਾ ਹਰ ਗੁਰੂ ਅੰਦਰ ਗਿਆ। ਨੋਟ ਕਰ ਲਓ, ਸਿੱਖੀ ਐਵੇਂ ਨਹੀਂ ਕਮਾਈ ਜਾਂਦੀ ਗੱਲਾਂ ਨਾਲ, ਸਿੱਖੀ ਦਾ ਭਾਵਨਾ ਦਾ ਵਿਸ਼ਾ ਹੈ, ਸਿੱਖੀ ਸ਼ਰਧਾ ਦਾ ਵਿਸ਼ਾ ਕਰ ਰਹੇ ਹੋ। ਜੇ ਸਿੱਖੀ ਕਮਾਉਣੀ ਹੈ, ਜੀਵਨ ਪੜ੍ਹੋ ਧੰਨ ਬਾਬਾ ਬੁੱਢਾ ਸਾਹਿਬ ਦਾ, ਭਾਈ ਗੁਰਦਾਸ ਸਾਹਿਬ, ਭਾਈ ਨੰਦ ਲਾਲ ਦੀ ਰਚਨਾਵਾਂ ਪੜ੍ਹੋ, ਉਹਨਾਂ ਨੇ ਸਿੱਖੀ ਕਿਵੇਂ ਕਮਾਈ ਹੈ। ਦੇਹਲੀ ਦੇ ਰੱਖ ਦਾ ਸਿਰ, ਇੱਥੇ ਮੇਰਾ ਗੁਰੂ ਚਰਨ ਰੱਖ ਕੇ ਅੰਦਰ ਗਿਆ ਹੈ, ਅਤੇ ਫਿਰ ਕਿਲੇ ਦੀਆਂ ਕੰਧਾਂ ਨੂੰ ਮੱਥਾ ਟੇਕਦਾ। ਫਿਰ ਸਵਾਲ ਹੋ ਗਿਆ, ਸਿੱਖ ਤਾਂ ਕਦੇ ਪੱਥਰਾਂ ਨੂੰ ਮੱਥਾ ਨਹੀਂ ਟੇਕਦੇ ਨੇ, ਬਿਲਕੁਲ ਪੱਥਰ ਨੂੰ ਸਿੱਖ ਮੱਥਾ ਕਦੇ ਨਹੀਂ ਟੇਕਦਾ, ਪਰ ਇਸ ਕਿਲੇ ਦੇ ਅੰਦਰ ਮੇਰਾ ਸਤਿਗੁਰੂ ਹੈ। ਗੱਲ ਕੇ ਆਖੋ, ਕੰਧਾਂ ਨੂੰ ਮੱਥਾ ਨਹੀਂ, ਪੱਥਰਾਂ ਨੂੰ ਮੱਥਾ ਨਹੀਂ ਟੇਕਦਾ ਸਿੱਖ। ਗੌਰ ਮੜੀ ਦੇਵਲ ਜੋ ਮਨ ਹੈ, ਰਹਿਤਨਾਮਿਆਂ ਦਾ ਵਚਨ ਹੈ, ਗੌਰ ਮੜੀ ਦੇਵਲ ਜੋ ਮਨ ਹੈ, ਪਰ ਪੰਥਨ ਕੋ ਊਚ ਵਖਾਨਾ, ਜਿਹੜਾ ਕਹੇ ਸਾਡੇ ਵੱਲੋਂ ਫਲਾਣੇ ਚੰਗੇ ਨੇ ਤੇ ਸਿੱਖਾਂ ਦੀ ਹੇਠੀ ਕਰੇ, ਸਿੱਖਾਂ ਦੀ ਬਲੀ ਕਰੇ, ਕਹਾਵੇ ਆਪਣੇ ਆਪ ਨੂੰ ਸਿੱਖ। ਗੌਰ ਮੜੀ ਦੇਵਲ ਜੋ ਮਨ ਹੈ, ਪਰ ਪੰਥਨ ਕੋ ਊਚ ਵਖਾਨਾ, ਸੋ ਸਾਕਤ ਗੁਰ ਕਾ ਸਿੱਖ ਨਾਹੀ, ਭੂਲ ਪਰੇ ਜਮ ਕੰਕਰ ਪਾਹੀ। ਤੇ ਸਿੱਖ ਆਉਣ ਲੱਗ ਗਏ, ਹੁਣ ਕਿਲੇ ਦੀਆਂ ਕੰਧਾਂ ਦੇ ਆਲੇ ਦੁਆਲੇ ਪ੍ਰਕਰਮਾ ਹੋਣ ਲੱਗ ਗਈਆਂ, ਅੰਦਰ ਦੀਵਾਰ ਸਜਦੇ ਨੇ, ਤੇ ਉਧਰੋਂ ਜਹਾਂਗੀਰ ਕੋਲ ਸੁਨੇਹਾ ਘੱਲਿਆ ਗਿਆ ਕਿ ਧੰਨ ਬਾਬਾ ਬੁੱਢਾ ਸਾਹਿਬ ਦੇ ਨਾਲ ਅਨੇਕਾਂ ਸਿੱਖ, ਹੁਣ ਤਾਂ ਗਿਣਤੀ ਹੋਣੀ ਨਾ ਹੋ ਰਹੀ ਵੀ ਕਿੰਨੇ ਕਾਹਲੇ। ਇੱਕ ਬੇਨਤੀ ਹੋਰ ਕਰਦਾ ਜਾਵਾਂ, ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਓ, ਹਰ ਰੋਜ਼ ਸ਼ਾਮ ਨੂੰ ਗੁਰਦੁਆਰਾ ਕੋਠਾ ਸਾਹਿਬ ਤੋਂ, ਇਹ ਇੱਕ ਕਮਰਾ ਹੈ ਜਿੱਥੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਸ਼ਾਮ ਨੂੰ ਸੁਖਾਸਨ ਤੋਂ ਬਾਅਦ ਲਿਜਾਏ ਜਾਂਦੇ ਨੇ, ਤੇ ਪ੍ਰਕਾਸ਼ ਵੇਲੇ ਉਸੇ ਅਸਥਾਨ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਰਿਮੰਦਰ ਸਾਹਿਬ ਵਿੱਚ ਲਿਆਏ ਜਾਂਦੇ ਨੇ। ਉੱਥੇ ਨਾਲ ਕੋਠਾ ਸਾਹਿਬ ਹੈ, ਕਮਰਾ ਦੇ ਬਾਹਰ ਲਿਖਿਆ ਹੋਇਆ ਗੁਰਦੁਆਰਾ ਕੋਠਾ ਸਾਹਿਬ। ਉੱਥੋਂ ਹਰ ਰੋਜ਼ ਸ਼ਾਮ ਨੂੰ ਬਜ਼ੁਰਗ ਨਾ ਇੱਕ ਕਿਰਪਾਨ ਲੈ ਕੇ, ਇੱਕ ਨਿਸ਼ਾਨ ਲੈ ਕੇ ਹਰ ਰੋਜ਼ ਚੌਂਕੀ ਕੱਢਦੇ ਨੇ, ਚੌਂਕੀ ਕੱਢਦੇ ਨੇ, ਸਰੋਵਰ ਦੀ ਪਰਿਕਰਮਾ ਕਰਕੇ
ਜਦੋਂ ਉਹ ਦਰਬਾਰ ਸਾਹਿਬ ਵਿੱਚ ਆਉਂਦੇ ਨੇ, ਕਿਉਂਕਿ ਉੱਥੇ ਸਿੱਖ ਦੋ ਪ੍ਰਕਰਮਾ ਕਰਦਾ ਹੈ ਹਰਿਮੰਦਰ ਸਾਹਿਬ, ਇੱਕ ਕਰਦਾ ਸਰੋਵਰ ਦੀ ਪ੍ਰਕਰਮਾ, ਇੱਕ ਜਦੋਂ ਮੇਨ ਦਰਸ਼ਨੀ ਡਿਊਟੀ ਤੋਂ ਅੰਦਰ ਜਾ ਕੇ ਦਰਬਾਰ ਸਾਹਿਬ ਵਿੱਚ ਨਮਸਕਾਰ ਕਰਦਾ ਹੈ ਗੁਰੂ ਰਾਮਦਾਸ ਮਹਾਰਾਜ ਦੇ ਦਾਤੇ, ਅਤੇ ਫਿਰ ਦਰਬਾਰ ਸਾਹਿਬ ਦੇ ਅੰਦਰ ਵੀ ਪ੍ਰਕਰਮਾ ਕਰਦਾ ਹੈ। ਦੋ ਪ੍ਰਕਰਮਾ ਨੇ ਹਰਿਮੰਦਰ ਸਾਹਿਬ। ਤਾਂ ਹੁਣ ਜਦੋਂ ਉਹ ਚੌਂਕੀ ਆਉਂਦੀ ਆ ਦਰਬਾਰ ਸਾਹਿਬ ਦੇ ਵਿੱਚ, ਉਦੋਂ ਕੀਰਤਨ ਵੀ ਬੰਦ ਹੋ ਜਾਂਦਾ ਹੈ, ਅਤੇ ਜਿਹੜੀ ਸਾਰੀ ਸੰਗਤ ਦਰਸ਼ਨ ਕਰਨ ਵਾਲੀ ਉਹ ਵੀ ਰੁਕ ਜਾਂਦੀ ਹੈ। ਪੁੱਛੇ ਕਿਉਂ? ਕਹਿੰਦੇ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਆਈ ਹੈ। ਹਰ ਰੋਜ਼ ਦੁਹਰਾਇਆ ਜਾਂਦਾ ਅੱਜ ਵੀ ਹਰਿਮੰਦਰ ਸਾਹਿਬ ਦੇ ਅੰਦਰ, ਇਹ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਹੈ। ਚੌਂਕੀਆਂ ਉੱਥੋਂ ਸ਼ੁਰੂ ਹੋਈਆਂ ਸੀ, ਬਾਬਾ ਬੁੱਢਾ ਸਾਹਿਬ ਨੇ ਸਿੱਖਾਂ ਅੰਦਰ ਜਾਗਰਤੀ ਪੈਦਾ ਕਰਤੀ। ਕਿਉਂਕਿ ਉਹ ਵਕਤ ਕੀ ਹੋਇਆ ਸੀ, ਇੱਕ ਪਾਸੇ ਤਾਂ ਗੁਰੂ ਅਰਜਨ ਮਹਾਰਾਜ ਦੀ ਸ਼ਹਾਦਤ ਹੋ ਗਈ, ਅਤੇ ਦੂਸਰੇ ਪਾਸੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਹ ਹੁਣ ਗਵਾਲੀਅਰ ਦੇ ਕਿਲ੍ਹੇ ਵਿੱਚ ਨੇ। ਸਿੱਖ ਸੋਚਦੇ ਨੇ ਕਿੱਧਰ ਜਾਈਏ,